ਚਲੋ ਉਹ ਤੇ ਕਾਰੋਬਾਰੀ ਆਦਮੀ ਆ ਤੁਹਾਨੂੰ ਉਹਦੇ ਨਾਲ ਕੀ ਇੰਨੀ ਉਹ ਸਾਨੂੰ ਉਹਦੇ ਨਾਲ ਉਹਨੇ ਜ਼ਮਾਨਤ ਦਿੱਤੀ ਇੱਥੇ ਜ਼ਮਾਨਤ ਦਿੱਤੀ ਆ ਤੇ ਫਿਰ ਮੈਂ ਇੱਥੇ ਹੀ ਆ ਮੈਂ ਆ ਨਹੀਂ ਗਿਆ ਮੈਂ ਸ਼ਰਤ ਤੂੰ ਇੰਜ ਪਾਈ ਜਿਵੇਂ ਹੁਣੇ ਤੂੰ ਰੀਮਾ ਨਾਲ ਗਾਣਾ ਕਰਕੇ ਆਇਆ ਹੈ ਉਹ ਪਹੁੰਚ ਜਾਣ ਗਿਆ ਕਿ ਮੈਂ ਇੱਥੇ ਹੀ ਆ ਨਾ ਮੈਂ ਤੁਹਾਨੂੰ ਦਵਾਂਗਾ ਕਿਸ਼ਤਾਂ ਸ਼ਰਤ ਤੂੰ ਇੰਜ ਪਾਈ ਆ ਮੈਂ ਮੈਸੀ ਨਾਲ ਗੋਲ ਕਰਦਾ ਤੂੰ ਗੋਲ ਕਰਦਾ ਤੈਨੂੰ ਅੱਜ ਮੈਨੂੰ ਤੇਰੇ ਤੇ ਬਹੁਤ ਗੁੱਸਾ ਆਈ ਇਹ ਤੈਨੂੰ ਮੈਂ ਦੱਸ ਰਿਹਾ ਭਾਅ ਜੀ ਮੇਰੇ ਕੋਲ ਬੈਲੈਂਸ ਹੁੰਦਾ ਤੁਹਾਡੀ ਮੈਂ ਕਿਸ਼ਤ ਨਾ ਦੇ ਦਿੰਦਾ ਉਹ ਤਾਂ ਪਹਿਲੇ ਮਰਨਾ ਸੀ ਦੱਸਣਾ ਸੀ ਕਿ ਮੈਂ ਨਹੀਂ ਦੇ ਸਕਦਾ ਕਿਉਂ ਲਈ ਫਿਰ ਮੋਟਰਸਾਈਕਲ ਤੂੰ ਭਾਅ ਜੀ ਜ਼ਰੂਰ ਅਸਲਾਮ ਅਲੈਕਮ ਜੀ ਮੈਂ ਸਲੀਮ ਅਲਬੇਲਾ ਅਤੇ ਮੈਂ ਜੀ ਗੋਗਾ ਪਸਰੂਰੀ ਔਰ ਇਹ ਮੇਰੀ ਬੇਬੀ ਫਜਰ ਸਲੀਮ ਅਤੇ ਅੱਜ ਫਿਰ ਇੱਕ ਵਾਰੀ ਅਸੀਂ ਅੱਛੀ ਵੀਡੀਓ ਬਣਾਉਣ ਜਾ ਰਹੇ ਹਾਂ ਇਨਸ਼ਾਅੱਲਾ ਤਾਲਾ ਤੁਹਾਨੂੰ ਪਸੰਦ ਆਏਗੀ ਅਤੇ ਜ਼ਰੂਰ ਕਮੈਂਟਸ ਵੀ ਕਰਿਆ ਕਰੋ ਕਮੈਂਟਸ 'ਤੇ ਸਾਨੂੰ ਇੰਨੇ ਆਉਂਦੇ ਨੇ ਗੋਗਾ ਜੀ ਕਿ ਸਾਡੇ ਕੋਲ ਪੜ੍ਹੇ ਨਹੀਂ ਜਾਂਦੇ ਮੈਂ ਕਹਿੰਦਾ ਜੀ ਉਸ ਲੋਕਾਂ ਦੀ ਅਸੀਂ ਮਿਹਰਬਾਨੀ ਸਮਝਦੇ ਹਾਂ ਜਿਹੜੇ ਲੋਕ ਇੰਨਾ ਫਾਰਗ ਵਕਤ ਕੱਢ ਕੇ ਸਾਨੂੰ ਮੈਸੇਜ ਕਰਦੇ ਆ ਅਤੇ ਕਮੈਂਟਸ ਕਰਦੇ ਆ ਅਤੇ ਐਡੇ ਐਡੇ ਅੱਛੇ ਕਮੈਂਟਸ ਤੁਹਾਡੇ ਵੱਲੋਂ ਆਉਂਦੇ ਆ ਦਿਲ ਖੁਸ਼ ਹੋ ਜਾਂਦਾ ਸਾਡਾ ਹੋਰ ਦਿਲ ਕਰਦਾ ਸੀ ਅੱਛਾ ਕੰਮ ਕਰੀਏ ਔਰ ਵਿੱਚ ਜਿਹੜੇ ਤੁਹਾਡੇ ਕਮੈਂਟਸ ਆਉਂਦੇ ਨੇ ਕਿ ਇਹ ਕਰੋ ਤੁਸੀਂ ਇਹ ਵੀ ਕਰੋ ਇਹ ਵੀ ਕਰੋ ਔਰ ਉਹ ਵੀ ਅਸੀਂ ਕਰ ਰਹੇ ਹਾਂ ਅਤੇ ਜ਼ਰੂਰ ਤੁਸੀਂ ਆਪਣੀ ਰਾਏ ਵੀ ਦਿਆ ਕਰੋ ਆਪਣੇ ਆਈਡੀਆ ਵੀ ਦਿਆ ਕਰੋ ਅਸੀਂ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਕੇ ਉਹ ਵੀ ਕਰਾਂਗੇ ਅਤੇ ਇੱਕ ਵਾਰੀ ਫਿਰ ਤਮਾਮ ਵੀਵਰਸ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ 1 ਮਿਲੀਅਨ ਤੱਕ ਪਹੁੰਚਾਇਆ ਵਾ ਬਿਲਕੁਲ ਤੁਹਾਡੀ ਹੀ ਵਜ੍ਹਾ ਵਾ ਅਸੀਂ ਕੁਛ ਵੀ ਨਹੀਂ ਤੁਹਾਡੇ ਤੋਂ ਬਗੈਰ ਅਤੇ ਇਹ ਗੋਗਾ ਜੀ ਆਇਆ ਹੁਣ ਇਹ ਕੀ ਲਿਖਿਆ ਹੈ ਫਜਰ ਆਇਲ ਆਇਲ ਫ੍ਰੀ ਮੋਇਸਚਰਾਈਜ਼ਰ ਓਏ ਹੋਏ 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 ਫਜਰ ਤੋਂ ਪੜ੍ਹ ਲਿੱਤੀ ਆ ਵੀ ਇਹ ਫਜਰ ਇਹ ਵਾ ਰੋਜ਼ ਮੋਇਸਚਰਾਈਜ਼ਰ ਜੈਲ ਅਤੇ ਇਹ ਵਾ ਜੀ ਆਇਲ ਫ੍ਰੀ ਮੋਇਸਚਰਾਈਜ਼ਰ ਇਹ ਸਕਿਨ ਵਾਸਤੇ ਆ ਮੋਸਟਲੀ ਉਹਦੀ ਸੌਫਟਨੈਸ ਵਾਸਤੇ ਤੁਸੀਂ ਰਾਤ ਨੂੰ ਸੌਣ ਲੱਗਿਆਂ ਤੋਂ ਪਹਿਲੇ ਵੀ ਲਾ ਸਕਦੇ ਹੋ ਜਾਂ ਬਾਹਰ ਨਿਕਲਣ ਲੱਗ ਗਿਆ ਜਿਲਦ ਨਾਲ ਜਿਲਦ ਸੌਫਟ ਜਿੱਦਾਂ ਹੁਣ ਧੁੱਪ ਧੁੱਪ ਵੀ ਆ ਰਹੀ ਨਾ ਅੱਗੋ ਹਾਂਜੀ ਧੁੱਪ ਵੀ ਆ ਰਹੀ ਹੈ ਬੜੀ ਅੱਛੀ ਰੰਗ ਜਿਹੜਾ ਨਾ ਤੁਹਾਡੇ ਵਰਗਾ ਹੋ ਜਾਂਦਾ ਇਹ ਹਰਬਲ ਚੀਜ਼ ਆ ਜੀ ਚਿੰਤਨ ਪਿਓਰ ਦੀ ਅਤੇ ਨਾਜ਼ਰੀਨ ਲਾਜ਼ਮੀ ਤੁਸੀਂ ਇਸਤੇਮਾਲ ਕਰਿਆ ਕਰੋ ਔਰ ਇਹਨਾਂ ਦਾ ਲਿੰਕ ਵੀ ਹੁੰਦਾ ਥੱਲੇ ਜੀ ਉਹਨੂੰ ਪੜ੍ਹ ਕੇ ਤੁਸੀਂ ਉਹਨਾਂ ਦੀ ਸਾਈਡ 'ਚ ਜਾ ਸਕਦੇ ਹੋ ਅਤੇ ਹੁਣ ਅਸੀਂ ਕਿਸ ਸਾਈਡ 'ਤੇ ਜਾਣਾ ਜੀ ਅਸੀਂ ਜਾਵਾਂਗੇ ਜੀ ਵੀਡੀਓ ਬਣਾਉਣ ਵਾਸਤੇ ਤੁਹਾਡੇ ਵਾਸਤੇ ਅੱਛੀ ਜੀ ਉਹ ਤੂੰ ਤੇ ਕਿਤੇ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਲਬੇਲਾ ਏ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਤਰੀ ਯਾਰ ਆ ਤੇ ਛੱਡ ਦੇ ਕੀ ਹੋ ਆ ਜੀ ਉਹ ਜ਼ੈਨ ਫੜ ਲਿਆ ਜੀ ਅੱਜ ਚੋਰ ਚੋਰ ਕਾਹਦਾ ਜੀ ਚੋਰੀ ਆ ਤੂੰ ਇੱਕ ਪਹਿਲੀ ਕਿਸ਼ਤ ਦੇ ਕੇ ਮੋਟਰਸਾਈਕਲ ਗਿਆ ਮੁੰਡੇ ਸਾਡੇ ਸਾਰੇ ਖੱਜਲ ਕੋਈ ਗੱਲ ਹੈ ਕੋਕੇ ਕਰਨ ਵਾਲੀ ਹੈ ਹੈ ਭਾਈ ਕੋਈ ਨਹੀਂ ਐਸੀ ਤੇ ਕੋਈ ਗੱਲ ਨਹੀਂ ਮਹੱਲੇਦਾਰੀ ਚ ਥੋੜਾ ਬਹੁਤਾ ਉੱਚਾ ਨੀਵਾਂ ਕੰਮ ਹੋ ਹੀ ਜਾਂਦਾ ਕਿ ਉਹ ਉੱਚਾ ਨੀਵਾਂ ਹੁੰਦਾ ਬੰਦਾ 2-4 ਦਿਨ ਮਹੀਨਾ ਤੂੰ ਤੇ 8 ਮਹੀਨੇ ਦਾ ਗਾਇਬ ਹੋਇਆ ਮੋਟਰਸਾਈਕਲ ਲੈ ਕੇ ਪਹਿਲੀ ਕਿਸ਼ਤ ਤੂੰ ਦਿੱਤੀ ਹੈ ਅੱਗੋਂ ਤੂੰ ਨਜ਼ਰ ਹੀ ਨਹੀਂ ਆਇਆ ਆ ਜ਼ੈਨ ਤੇਰੇ ਘਰ ਜਾਂਦਾ ਰਿਹਾ ਵਾ ਹੈ ਅਸੀਬ ਜਾਂਦਾ ਰਿਹਾ ਇਹ ਕਿੱਥੇ ਸੀਗਾ ਜੀ ਇਹ ਕਿੱਥੋਂ ਫੜਿਆ ਅੱਜ ਇਹਨੂੰ ਪਹਿਲੀ ਕਿਸ਼ਤ ਦੇ ਕੇ ਤੂੰ ਮੋਟਰਸਾਈਕਲ ਲੈ ਗਿਆ ਉਦੋਂ ਤੂੰ ਕਹਿੰਦਾ ਭਾਜੀ 29 ਤਰੀਕ ਨੂੰ ਮੈਂ ਇੱਥੇ ਆਵਾਂਗਾ ਲੈ ਅੱਜ ਆਉਂਦੀ 29 ਤੂੰ ਖੱਜਲ ਕਰਨ ਦਿਆ ਜਿੱਥੇ ਜਾਂਦੇ ਤੂੰ ਹਰ ਮਹੀਨੇ ਮਕਾਨ ਬਦਲ ਲੈਂਦਾ ਹਰ ਮਹੀਨੇ ਮਕਾਨ ਬਦਲੇ ਨਾ ਬਿੱਲੀ ਆ ਤੂੰ ਚਲੋ ਤੇ ਸਾਡਾ ਪਰਸਨਲ ਭਾਈ ਮਸਲਾ ਵਾ ਜਿੱਥੇ ਸਾਨੂੰ ਮਕਾਨ ਸੂਟ ਨਹੀਂ ਕਰਦਾ ਅਸੀਂ ਬਦਲ ਲੈਂਦੇ ਤੇ ਸਾਡਾ ਵੀ ਪਰਸਨਲ ਮਸਲਾ ਵਾ ਅਸੀਂ ਕਿਸ਼ਤਾਂ ਤੇ ਦੇਣੀ ਚੀਜ਼ ਤੇ ਮੁੜ ਕੇ ਲੈਣੇ ਨਹੀਂ ਪੈਸੇ ਨਹੀਂ ਨਹੀਂ ਲੈਣੇ ਆ ਮੈਂ ਕਿਹੜਾ ਕਿਤੇ ਭੱਜਿਆ ਤੁਹਾਡੇ ਤੋਂ ਉਹ ਭੱਜਿਆ ਹੀ ਆ ਤੂੰ ਅੱਜ ਫੜਿਆ ਗਿਆ ਤੇ ਹੁਣ ਮੈਂ ਭੱਜਿਆ ਜੀ ਚਲੋ ਬਹਿ ਕੇ ਗੱਲ ਕਰ ਲੈਂਦੇ ਹਾਂ ਬਿਠਾਓ ਤੇ ਸਹੀ ਇੱਦਾਂ ਥੋੜ੍ਹਾ ਹੁੰਦਾ ਬਾ ਲੈਣੇ ਤੈਨੂੰ ਅਜੇ ਮੁੰਡਿਆਂ ਨੇ ਤੈਨੂੰ ਕੁੱਟਣਾ ਬਹੁਤ ਸੀ ਉਹਨਾਂ ਨੂੰ ਬਹੁਤ ਗੁੱਸਾ ਤੇਰੇ ਤੇ ਦਿਲ ਤਾਂ ਕਰਦਾ ਤੈਨੂੰ ਥੱਲੇ ਪਾਵਾਂ ਲੇਕਿਨ ਇਨਸਾਨੀਅਤ ਦੇ ਨਾਤੇ 'ਤੇ ਨਾ ਤੂੰ ਬਹਿ ਜਾ ਇੱਥੇ ਬਹਿ ਜਾ ਹੁਣ ਲਿਆ ਕਿਹਨੂੰ ਲਿਆਉਣਾ ਹੁਣ ਕਿਸ਼ਤਾਂ ਕਿੱਦਾਂ ਦੇਣੀਆਂ ਆ ਮੋਟਰਸਾਈਕਲ ਦਾ ਕੀ ਹਾਲ ਕੀਤਾ ਤੂੰ ਹੈ ਨਹੀਂ ਉਹ ਭਾਅ ਜੀ ਮੋਟਰਸਾਈਕਲ ਮੇਰੀ ਆ ਮੈਂ ਉਹਨੂੰ ਮੈਂ ਧਵਾਵਾਂ ਨਾ ਧਵਾਵਾਂ ਉਹ 3000 'ਚ ਹੀ ਤੇਰੀ ਹੋ ਗਈ ਇੱਕ ਕਿਸ਼ਤ ਦਿੱਤੀ ਆ ਤੂੰ ਪਹਿਲੀ ਕਿਸ਼ਤ 'ਤੇ ਤੇਰੇ ਕੋਲ ਐਡਵਾਂਸ ਵੀ ਨਹੀਂ ਲਿਆ
ਕਿ ਗਰੀਬ ਆਦਮੀ ਜਾ ਰਹੇ ਨੇ ਕੰਮ 'ਤੇ ਜਾਣਾ ਬੱਚਿਆਂ ਦੀ ਰੋਟੀ ਕਮਾਉਣੀ, ਅਸੀਂ ਕੀ ਬੁਰਾ ਕੀਤਾ ਜੀ ਤੇਰੇ ਨਾਲ? ਨਹੀਂ ਨਹੀਂ ਬੁਰੇ ਦੀ ਨਹੀਂ ਗੱਲ ਭਾਈ ਜੀ, ਗੱਲ ਇਹ ਆ ਵੀ ਮੰਦੇ ਠੰਡੇ ਕੰਮ ਦੇ ਆ ਗਏ, ਜਿਹੜਾ ਮੇਰੇ ਕੋਲ ਨਹੀਂ ਕਿਸ਼ਤ ਦਿੱਤੀ ਗਈ ਉਹ ਤੇਰੇ ਲਈ ਮੰਦੇ ਠੰਡੇ ਆ ਗਏ। ਤੂੰ ਇੱਥੇ ਤਲਾਹ ਕੀਤੀ ਆ ਕੇ ਕਿ ਭਾਜੀ ਮੇਰੇ ਕੋਲ ਅੱਜ ਹੈ ਨਹੀਂ, ਮੈਂ ਚਲੋ 4 ਦਿਨ ਠਹਿਰ ਕੇ ਦੇ ਦਾਂਗਾ। ਉਹ ਤੂੰ ਤਾਂ ਮਕਾਨ ਹੀ ਬਦਲੀ ਜਾਂਦਾ, ਤੈਨੂੰ ਕੋਈ ਮਕਾਨ ਹੀ ਨਹੀਂ ਮਤਲਬ ਪਸੰਦ ਆ ਰਿਹਾ। ਮੁੰਡੇ ਜਦੋਂ ਜਾਂਦੇ ਅਗਲੇ ਕਹਿੰਦੇ ਜੀ ਗੋਗਾ ਉਹ ਜੀ ਉਸਤਾਦ ਜੀ 30 ਤਰੀਕ ਦੀ ਇਹਨੇ ਕਿਸ਼ਤ ਦੇਣੀ ਹੈ, ਹਾਂ, ਤੇ 28 ਤਰੀਕ ਨੂੰ ਮਕਾਨ ਬਦਲ ਲੈਂਦਾ। ਉਹ ਯਾਰ 2 ਦਿਨ ਨਾਲ ਅਸੀਂ ਸਮਾਨ ਨਹੀਂ ਪਹੁੰਚਾਉਣਾ ਪਹੁੰਚਾਉਣਾ ਹੁੰਦਾ। ਵਾਹ 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 ਵਾਹ, ਆਪਣਾ ਸ਼ਡਿਊਲ ਤੂੰ ਸਹੀ ਬਣਾਇਆ ਤੇ ਸਾਡਾ ਬੇੜਾ ਗਰਕ ਕੀਤਾ। ਸਮਾਨ ਪਹੁੰਚਾਈਏ ਨਾ, ਕਿਸ਼ਤ ਨਹੀਂ ਪਹੁੰਚਾਉਣੇ, ਕਿਸ਼ਤ ਕਿਹਨੇ ਪਹੁੰਚਾਉਣੀ ਆ? 8 ਮਹੀਨੇ ਹੋ ਗਏ ਤੈਨੂੰ ਲੱਭਦੇ। ਹੁਣ ਤਾਂ ਮੋਟਰਸਾਈਕਲ ਵੀ ਆ, ਤੂੰ ਉਹਦਾ ਹਾਲ ਕੀ ਕੀਤਾ ਯਾਰ ਨਾ? ਤੂੰ ਉਹਦਾ ਕੋਈ ਆਇਲ ਚੇਂਜ ਹੋਵੇ, ਟੈਂਕੀ ਦਾ ਬੇੜਾ ਗਰਕ ਕੀਤਾ? ਨਹੀਂ, ਟੈਂਕੀ ਦਾ ਬੇੜਾ ਗਰਕ ਜਦੋਂ ਗੱਡੀ ਮੇਰੀ ਆ, ਮੈਂ ਉਹਨੂੰ ਧਵਾਵਾਂ, ਉਹਦਾ ਤੇਲ ਬਦਲਾਵਾਂ। ਤੇਰੀ ਉਦੋਂ ਹੋਣੀ ਆ ਜਦੋਂ ਤੂੰ ਕਿਸ਼ਤਾਂ ਦੇਣੀਆਂ, ਜਦੋਂ ਅਸੀਂ ਤੈਨੂੰ ਕਾਪੀ ਦੇਣੀ ਆ। ਕਿਸ਼ਤਾਂ ਨਹੀਂ ਤੇਰੀ ਹੋ ਗਈ? ਇਹ ਰਵੱਈਆ ਤੁਹਾਡਾ ਸਹੀ ਨਹੀਂ ਹੈ ਵੈਸੇ ਨਾ। ਉਹ ਸਾਡਾ ਨਹੀਂ ਸਹੀ, ਅਸੀਂ ਤਾਂ 8 ਮਹੀਨੇ ਤੇਰੇ ਪਿੱਛੇ ਅਜ਼ੈਨ ਹਸੀਬ ਜਾਂਦਾ ਰਿਹਾ, ਹੈ, ਕਦੀ ਜੋੜੇ ਪੁੱਲ, ਜੋੜੇ ਪੁੱਲ ਤੋਂ ਤੂੰ ਕਦੀ ਰਮਨਸਪੁਰੇ, ਕਦੀ ਕਿਤੇ ਉਹ ਛਲੇਡਾ, ਤੂੰ ਉੱਤੋਂ ਤੂੰ ਸੀਮਾ ਵੀ ਬਦਲੀ ਜਾਣਾ, ਤੂੰ ਤਾਂ ਵਾਰਦਾਤੀਆ ਲੱਗਣ ਦਿਆ। ਨਹੀਂ ਨਹੀਂ, ਵਾਰਦਾਤੀਆ ਤੇ ਕੋਈ ਨਹੀਂ ਗਾ, ਇਹ ਤਾਂ ਤੁਹਾਡਾ ਰਵੱਈਆ ਭਾਈ ਸਹੀ ਨਹੀਂ ਹੈਗਾ। ਇੱਥੇ ਰਿਹਾ ਤੂੰ? ਗਾਜ਼ੀਆਬਾਦ ਰਿਹਾ ਵਾ? ਉਹ ਆਪਣਾ ਟਾਲੀ ਵਾਲੀ ਗਲੀ 'ਚ ਰਿਹਾ ਨਾ? ਉੱਥੇ ਕਰਿਆਨੇ ਵਾਲੇ ਦੇ ਵੀ ਤੂੰ ਪੈਸੇ ਦੇਣੇ ਆ। ਉਹ ਚਲੋ ਉਹਨਾਂ ਦੇ ਮੈਂ ਦੇਣੇ ਆ, ਉਹ ਤਾਂ ਤੁਹਾਡਾ ਕੀ ਰੌਲਾ ਵਾ ਉਹਦੇ ਨਾਲ? ਉਹ ਉਹਨਾਂ ਦੇ ਤੂੰ ਸਾਡੇ ਤੇ ਅੱਜ ਦੇ ਨਾ, ਅੱਜ ਨਹੀਂ ਤੂੰ ਇੰਜ ਜਾਂਦਾ। ਨਹੀਂ ਨਹੀਂ, ਇਹ ਤਾਂ ਕੋਈ ਤਰੀਕਾ ਨਹੀਂ ਭਾਈ, ਕਿਸ਼ਤਾਂ ਘੱਟ ਵਾਧੇ ਹੋ ਜਾਂਦੇ ਆ। ਲੈ ਡੈਡੀ ਸਾਨੂੰ ਕਹੀ ਜਾਂਦਾ ਵੀ ਅਸ਼ਾ ਜੀ ਆਹ ਦੇਖ ਲਓ, ਆਹ ਭੱਲੇ ਦਾ ਜ਼ਮਾਨਾ ਵੇਖ ਲਓ, ਤੇਰਾ ਜ਼ਮਾਨਤੀ ਜਿਹੜਾ ਵਾ ਉਹ ਵੀ ਮਹੀਨੇ ਬਾਅਦ ਹੀ ਦੁਬਈ ਨਿਕਲ ਗਿਆ। ਚਲੋ ਉਹ ਤੇ ਕਾਰੋਬਾਰੀ ਆਦਮੀ ਆ, ਤੁਹਾਨੂੰ ਉਹਦੇ ਨਾਲ ਕੀ ਇੰਨੀ? ਸਾਨੂੰ ਉਹਦੇ ਨਾਲ ਉਹਨੇ ਜ਼ਮਾਨਤ ਦਿੱਤੀ ਇੱਥੇ। ਜ਼ਮਾਨਤ ਦਿੱਤੀ ਆ ਤੇ ਫਿਰ ਮੈਂ ਇੱਥੇ ਹੀ ਆ, ਮੈਂ ਆ ਨਹੀਂ ਗਿਆ। ਮੈਂ ਸ਼ਰਟ ਤੂੰ ਇੰਜ ਪਾਈ ਜਿਵੇਂ ਹੁਣੇ ਤੂੰ ਰੀਮਾ ਨਾਲ ਗਾਣਾ ਕਰਕੇ ਆਇਆ। ਵੈਸੇ ਬਰਲ ਭਾਈ ਇਹ ਤਰੀਕਾ ਸਹੀ ਨਹੀਂ ਹੈਗਾ, ਮੈਂ ਤੇ ਅਜੇ ਓਵਨ ਵੀ ਕਢਾਉਣਾ ਸੀ ਤੇ ਤੁਸੀਂ। ਉਹ ਤੈਨੂੰ ਇੱਥੋਂ ਅੱਜ ਕਿੰਨੇ ਕਢਾਉਣਾ? ਓਵਨ ਤੇ ਤੂੰ ਬਾਅਦ 'ਚ ਕਢਾਉਣਾ। ਸਾਡੇ ਨਾਲ ਬਰਾਬਰ ਬਹਿੰਦੇ ਆ ਜਿਵੇਂ ਦੁਕਾਨ 'ਚ ਹਿੱਸਾ ਤੇਰਾ। ਉਹ ਭਾਜੀ ਬਰਾਬਰ ਹੀ ਬਹਿਣਾ ਵਾ, ਕੀ 8 ਕਿਸ਼ਤਾਂ ਹੀ ਆ ਕਿ ਮੈਂ ਹੁਣ ਥੱਲੇ ਬਹਿ ਜਾ ਚੋਰਾਂ ਤਰ੍ਹਾਂ? ਉਹ 8 ਕਿਸ਼ਤਾਂ ਟੋਟਲ 12 ਕਿਸ਼ਤਾਂ ਹੁੰਦੀਆਂ ਤੇ ਤੇਰੀਆਂ 8 ਨਹੀਂ ਆਈਆਂ। ਉਹ ਆ ਹੀ ਜਾਣਗੀਆਂ ਬਰਾਬਰ ਬਹਿੰਦੇ ਆ। ਜਿੱਦਾਂ ਤੂੰ ਟਾਈਮ ਨਾਲ ਕਿਸ਼ਤ ਦਿੱਤੀ ਨਹੀਂ, ਪਹਿਲੀ ਕਿਸ਼ਤ ਠੱਕ ਕਰਦੀ ਤੁਹਾਨੂੰ ਪਹੁੰਚੀ ਨਹੀਂ ਕਿ ਮੁੰਡਿਆਂ ਨੇ ਤੈਨੂੰ ਠੱਕ ਹਾਰ ਕੇ ਫੜਿਆ ਕਿ ਨਹੀਂ? ਤੂੰ ਤਾਂ ਜ਼ਮਾਨੇ ਦਾ ਠੱਕ ਆਦਮੀ ਆ। ਨਹੀਂ ਕਿ ਮੈਂ ਖੱਚ ਕਹਿਣਾ ਸੀ, ਮੇਰੇ ਕੋਲ ਠੱਕ ਨਿਕਲ ਰਿਹਾ ਭਾਈ। ਇੱਦਾਂ ਵੈਸੇ ਰਵੱਈਆ ਸਹੀ ਨਹੀਂ ਹੁੰਦਾ। ਦੇਖੋ ਕਾਰੋਬਾਰ 'ਚ ਘਾਟੇ ਵਾਧੇ ਹੋ ਜਾਂਦੇ ਆ, ਕਰੋਨਾ ਵੀ, ਕਰੋਨਾ 1.5 ਸਾਲ ਤੇ ਉਹ ਨਹੀਂ, ਕਰੋਨਾ ਨੂੰ ਤਾਂ 1.5 ਸਾਲ ਹੋ ਗਿਆ ਕਿ ਗੱਡੀ ਤੇ ਤੂੰ ਬਾਅਦ 'ਚ ਲਈ ਹੈ। ਨਹੀਂ ਤੇ ਉਹ ਨਹੀਂ ਵਿੱਚ ਪਾਉਣਾ ਜਿਹੜਾ ਮੈਂ ਬੇਕਾਰ ਰਿਹਾ। ਕਰੋਨਾ ਦਾ ਅਸੀਂ ਕਦੇ ਨਹੀਂ ਪਾਉਣਾ ਵਿੱਚ ਭਾਜੀ। ਪਰ ਲਓ ਪਹੁੰਚ ਜਾਣਗੀਆਂ ਕਿ ਮੈਂ ਇੱਥੇ ਹੀ ਆ ਨਾ, ਮੈਂ ਤੁਹਾਨੂੰ ਦੇਵਾਂਗਾ ਕਿਸ਼ਤਾਂ। ਸ਼ਰਟ ਤੂੰ ਇੰਜ ਪਾਈ ਆ, ਮੈਂ ਮੈਸੀ ਨਾਲ ਗੋਲ ਕਰਦਾ, ਤੂੰ ਗੋਲ ਕਰਦਾ ਤੈਨੂੰ। ਅੱਜ ਮੈਨੂੰ ਤੇਰੇ 'ਤੇ ਬਹੁਤ ਗੁੱਸਾ ਆਈ, ਇਹ ਤੈਨੂੰ ਮੈਂ ਦੱਸ ਰਿਹਾ ਭਾਜੀ। ਅਸੀਂ ਕਾਰੋਬਾਰ ਕਰ ਲੈ, ਤਰੀਕਾ ਤੁਹਾਡਾ ਸਹੀ ਨਹੀਂ ਗਾ। ਤੁਸੀਂ ਤਾਂ ਨਾ ਜੁਮਾ ਜੁਮਾ 8 ਦਿਨ ਹੀ ਦੁਕਾਨਦਾਰੀ ਕਰਨੀ ਆ, ਇੱਦਾਂ ਨਹੀਂ ਚੱਲਣਾ ਤੁਹਾਡਾ। 8 ਮਹੀਨੇ ਨਗਾਤੇ, ਮੈਨੂੰ ਨਹੀਂ ਪਤਾ ਵੀ ਤੁਹਾਨੂੰ ਕਿਹਾ ਵਾ ਵੀ ਮੈਂ ਦੇ ਦਿੰਦਾ ਵਾ, ਮੈਂ ਭੱਜਿਆ ਤੁਹਾਡੇ ਤੋਂ ਨਾ। ਗੋਗੇ ਅੱਜ ਨਹੀਂ ਤੂੰ ਜਾਂਦਾ ਇੱਥੋਂ, ਇੱਥੇ ਉੱਤੇ ਅਸੀਂ ਕਮਰਾ ਕਾਹਦੇ ਲਈ ਬਣਾਇਆ, ਉੱਥੇ ਤੈਨੂੰ ਬੰਨ ਦੇਣਾ। ਨਹੀਂ ਤੁਸੀਂ ਜ਼ਮਾਨਤੀ ਹੋਰ ਲੈ ਲਓ। ਹੋਰ ਉਹ ਤਾਂ ਗੱਡੀ ਦਾ ਵੀ ਹਸ਼ਰ ਅਸੀਂ ਵੇਖ ਕੇ ਘਬਰਾਉਂਦਾ ਵੀ ਇਹ ਗੱਡੀ ਵੀ ਅਸੀਂ ਕਿਸ ਤਰ੍ਹਾਂ ਫੜ ਲਈਏ, ਇਹ ਤਾਂ ਟਕੇ ਦੀ ਗੱਡੀ ਨਹੀਂ ਰਹੀ। ਨਹੀਂ ਤਾਂ ਮੈਂ ਚਲਾਉਂਦਾ ਨਾ, ਜੇ ਮੈਂ ਲਈ ਆ, ਮੈਂ ਪੈਸੇ ਲਾਏ ਸੀ। ਉਹ ਗੱਡੀ ਦੀ ਹਾਲਤ ਵੇਖ, ਤੂੰ ਮੌਤ ਦੇ ਖੂਹ 'ਚ ਚਲਾਉਂਦਾ ਰਿਹਾ ਗੱਡੀ, ਬੰਨ ਵੀ ਨਹੀਂ ਤੂੰ ਕਰਦਾ। ਨਹੀਂ ਗੱਡੀ ਦੇ ਸਾਰੇ ਸ਼ਾਖ ਹਿੱਲੇ ਪਏ ਆ। ਨਹੀਂ ਉਹ ਤਾਂ ਤੇਲ ਬਦਲਾਵਾਂ, ਸ਼ਾਖ ਹਿੱਲਣ ਜਾਂ ਨਾ ਹਿੱਲਣ, ਉਹ ਤਾਂ ਗੱਡੀ ਮੇਰੀ ਆ ਨਾ। ਫਿਰ ਤੇਰੀ ਕਿੱਦਾਂ ਹੋ ਗਈ ਆ? ਉਹ ਕਾਪੀਆਂ ਸਾਡੇ ਕੋਲ ਪਈਆਂ, ਉਹਦੀ ਫਾਈਲ ਸਾਡੇ ਕੋਲ ਪਈ ਆ। ਇੱਕ ਤੇਰੀ ਕਿਸ਼ਤਾ 3000 ਦਿੱਤਾ ਤੂੰ, ਆਹੋ ਉਸ ਬਾਅਦ ਕੋਈ ਪੈਸਾ ਦਿੱਤਾ? ਮੈਂ 10-9 ਦੀ ਕਮਾਈ ਤੁਹਾਨੂੰ 3000 ਦਿੱਤਾ ਨਹੀਂ ਉਹਦੇ 'ਚੋਂ? ਉਹ ਤੇਰੇ 'ਤੇ ਵੈਸੇ 9 'ਚ ਮੈਲ ਫਸੀ ਆ, ਤੂੰ ਕਿੱਥੇ 10-9 ਦੀ ਕਰ ਲਈ? ਬਹਰਹਾਲ ਮੈਂ ਭਾਜੀ ਤੂੰ ਕੋਈ ਬੰਦਾ ਤੁਹਾਨੂੰ ਮੈਂ ਹੋਰ ਟਕਰਾ ਦਿੰਦਾ ਵਾਂ, ਕੋਈ ਜ਼ਮਾਨਤੀ ਮੈਂ ਹੋਰ ਲੱਭ ਲੈਂਦਾ। ਭਾਜੀ ਤੂੰ ਬੰਦਾ ਹੀ ਨਹੀਂ, ਅਸੀਂ ਕਿਸੇ ਦੀ ਜ਼ਮਾਨਤ ਲੈਣੀ ਨਹੀਂ, ਤੂੰ ਕੋਈ ਬੰਦਾ? ਤੂੰ ਤਾਂ ਇਹ ਜੇ ਮੋਟਰਸਾਈਕਲ ਦੇ ਉੱਤੇ ਗਾਣੇ ਗਾਉਂਦਾ ਫਿਰਦਾ। ਨਹੀਂ ਤੇ ਪਿੱਛੇ ਮੁੰਡੇ ਨੂੰ ਪਾਇਆ ਤੂੰ, ਉਹ
ਉਹ ਬਸ਼ੀਰ ਦੇ ਮੁੰਡੇ ਨੂੰ ਤੂੰ ਭਾਇਆ ਪਿੱਛੇ ਨਾ ਆਉਂਦਾ ਫਿਰਦਾ ਸੀ ਯਾਰੋ ਮੇਰਾ ਦੋਸਤੀ ਹਮ ਨਹੀਂ ਛੋੜੇ ਐਡਾ ਤੂੰ ਨਦੀ ਨਹੀਂ ਤੇ ਉਹ ਤਾਂ ਮੇਰਾ ਦੋਸਤ ਆ ਮੈਂ ਜਿੱਦਾਂ ਮਰਜ਼ੀ ਭਾਵਾਂ ਤੁਹਾਨੂੰ ਕਿਸ਼ਤ ਨਾ ਕਰਜ਼ਾ ਨਾ ਉਹ ਤਾਂ ਕਿਸ਼ਤ ਵੀ ਤਾਂ ਦੇ ਭਾਵੇਂ ਸਾਡੇ ਲੋ ਅੱਠ ਬਾ ਕਿਸ਼ਤ ਦੇ ਟਾਈਮ ਨਾ ਤੂੰ ਤਾਂ ਲੱਭਦਾ ਹੀ ਨਹੀਂ ਤੂੰ ਘਰ ਬਦਲਦਾ ਲੁਕਿਆ ਉਹ ਭਾਅ ਜੀ ਚਾਰ ਵਾਰੀ ਤੂੰ ਬੱਚਿਆਂ ਨੂੰ ਵੀ ਝੂਠ ਸਿਖਾਇਆ ਵੀ ਅੰਦਰ ਬਾਹਰ ਚ ਕਹਿੰਦੇ ਮੇਰਾ ਅੱਬਾ ਘਰ ਹੈ ਨਹੀਂ ਤੇਰੇ ਮੁੰਡੇ ਨੇ ਇੱਕ ਸਿੱਧਾ ਹੀ ਕਿਹਾ ਜੀ ਮੇਰਾ ਅੱਬਾ ਕਹਿੰਦਾ ਮੈਂ ਘਰ ਹੈ ਨਹੀਂ ਇਹ ਕੋਈ ਗੱਲ ਹੈ ਉਹ ਨਿਆਣੇ ਆ ਮੂੰਹ ਚੋਂ ਨਿਕਲ ਜਾਂਦਾ ਉਹਨਾਂ ਦੇ ਹਾਂ ਜੋ ਸਿਖਾਉਣਾ ਨਿਆਣਿਆਂ ਨੇ ਉਹੀ ਕਰਨਾ ਅਜ਼ੈਨ ਜਾਂਦਾ ਰਿਹਾ ਤੇਰੇ ਘਰ ਆ ਤਿੰਨ ਮੁੰਡੇ ਤੇਰੀ ਡਿਊਟੀ 'ਤੇ ਲਾਏ ਅਸੀਂ ਉਹਨਾਂ ਦੀ ਵੀ ਤਨਖਾਹ ਲੈਣੀ ਤੇਰੇ ਕੋਲੋਂ ਅਸੀਂ ਸ਼ਨਾਤੀ ਕਰਦੇ ਹੋਰ ਨਾ ਤੇ ਮੁਹੱਲੇ 'ਚ ਹੋਰ ਨਾ ਆਇਆ ਯਾਰ ਮੈਂ ਫਰਾਡੀਗੜ੍ਹ ਦੇ ਅਸਗਰ ਅਲੀ ਲਿਖਿਆ ਰਾਡੀਆ ਤੇ ਗੋਗਾ ਗੋਗਾ ਨਹੀਂ ਮੈਂ ਫਰਾਡੀਆਂ ਵਾਂ ਜਿਹੜਾ ਕੋਈ ਮੈਂ ਇੱਦਾਂ ਦਾ ਕੰਮ ਤੂੰ ਫਰਾਡੀਆ ਕਦੋਂ ਆ ਤੂੰ ਤਾਂ ਇੱਕ ਸਾਦਕ ਅਮੀਨ ਆਦਮੀ ਆ ਅਸੀਂ ਅੱਜ ਤੈਨੂੰ ਜਾਣ ਨਹੀਂ ਦੇਣਾ ਅੱਜ ਤੂੰ ਇੱਥੇ ਹੀ ਰਹਿਣਾ ਨਹੀਂ ਚੀਜ਼ ਤਾਂ ਭਾਈ ਅੱਗੇ ਕੋਈ ਨਹੀਂ ਮੇਰੇ ਕੋਲ ਕਿਰਾਏਦਾਰ ਬੰਦਾ ਵਾ ਤੁਸੀਂ ਮੋਟਰਸਾਈਕਲ ਹੀ ਰੱਖ ਲਓ ਆਪਣੇ ਇਹ ਰੱਖਣ ਵਾਲੀ ਹੈ ਹੀ ਨਹੀਂ ਅਸੀਂ ਕਿਸੇ ਰੱਖ ਲਈਏ ਅਸੀਂ ਕੂੜਾ ਦਿੱਤਾ ਸੀ ਤੈਨੂੰ ਇੱਦਾਂ ਦੀ ਦਿੱਤੀ ਮੋਟਰਸਾਈਕਲ 0 meter ਤੈਨੂੰ ਇਸ ਤਰ੍ਹਾਂ ਦੀ ਉਦੋਂ ਕਹਿੰਦਾ ਰੋਡ ਪ੍ਰਿੰਸ ਲੈਣੀ ਹੈ ਮੈਨੂੰ ਕੀ ਪਤਾ ਤੂੰ ਰੋਡਾਂ 'ਤੇ ਆਉਣਾ ਹੀ ਨਹੀਂ ਹੈਲਮਟ ਤਾਂ ਪਹਿਲਾਂ ਹੀ ਪਾਇਆ ਇਹਨੇ ਹੈਲਮਟ ਤਾਂ ਹੈਲਮਟ ਪਾਉਣਾ ਸੀ ਚਲੋ ਹੁਣ ਮੈਨੂੰ ਟਾਈਮ ਭਾਅ ਜੀ ਥੋੜ੍ਹਾ ਜਿਹਾ ਦਵੋ ਮੈਂ ਟਾਈਮ ਭਾਈ ਅੱਗੇ ਤੇਰਾ ਤਾਂ ਟਾਈਮ ਤੈਨੂੰ ਤਾਂ ਡਾਕਟਰਾਂ ਨੇ ਜਵਾਬ ਦਿੱਤਾ ਅਸੀਂ ਕਿੱਥੋਂ ਤੈਨੂੰ ਟਾਈਮ ਦੇ ਦਈਏ ਅਗਰ ਤੂੰ ਚਲੋ ਕਿਸ ਟਾਈਮ ਨਾਲ ਦੇ ਦਾ ਵਿੱਚ ਇੱਕ ਅੱਧਾ ਮਹੀਨਾ ਅੱਗੇ ਪਿੱਛੇ ਹੋ ਜਾਂਦੀ ਅਸੀਂ ਕਹਿੰਦੇ ਚੱਲ ਕੋਈ ਨਹੀਂ ਯਾਰ ਉਹ ਤੂੰ ਤਾਂ ਦਿੱਤੀ ਕੋਈ ਨਹੀਂ ਭਾਅ ਜੀ ਕੰਮ ਦੇ ਮੰਦੇ ਠੰਡੇ ਰਹੇ ਆ ਕੰਮ ਹੀ ਨਹੀਂ ਲੱਗਿਆ ਤੁਹਾਨੂੰ ਪਤਾ ਮਹਿੰਗਾਈ ਇੰਨੀ ਹੋ ਗਈ ਆ ਅਤੇ ਸਾਨੂੰ ਤਾਂ ਠੰਡੇ ਪਸੀਨੇ ਆਉਂਦੇ ਨੇ ਵੀ ਅਸੀਂ ਕਿਸੇ ਨੂੰ ਮੋਟਰਸਾਈਕਲ ਦੇ ਬੈਠੇ ਹਾਂ 8 ਮਹੀਨੇ ਬੰਦਾ ਹੀ ਨਹੀਂ ਮੱਥੇ ਲੱਗ ਰਿਹਾ ਤੂੰ ਮੱਥੇ 'ਤੇ ਲੱਗ ਨਹੀਂ ਮੈਂ ਲੱਗਾ ਹੀ ਹਾਂ ਆਇਆ ਹੀ ਹਾਂ ਅੱਜ ਉਹ ਅੱਜ ਕਿੱਥੇ ਆਇਆ ਤੈਨੂੰ ਤਾਂ ਫੜ ਕੇ ਲਿਆਏ ਉੱਥੋਂ ਫੜ ਕੇ ਲਿਆਏ ਤੈਨੂੰ ਨਹੀਂ ਭਾਅ ਜੀ ਵੈਸੇ ਇਹ ਕੋਈ ਤਰੀਕਾ ਨਹੀਂ ਹੈਗਾ ਕੰਮ ਦਾ ਮੈਂ ਮੋਟਰਸਾਈਕਲ ਝੁੰਗੇ 'ਚੋਂ ਤੁਹਾਡੇ ਕੋਲ ਕੀ ਲੈ ਲਈ ਆ ਝੁੰਗੇ 'ਚ ਹਾਂ ਨਹੀਂ ਪਹਿਲੀ ਕਿਸ਼ਤ ਜਦੋਂ ਤੁਹਾਨੂੰ ਮੈਂ ਤੁਹਾਡੇ ਸਾਰੇ ਅਮਲੇ ਨੇ ਗਿਣ ਗਿਣ ਕੇ ਰੱਖੀ ਨਹੀਂ ਉੱਥੇ ਅੰਦਰ ਹਾਂਜੀ 3000 rupees ਅਸੀਂ ਸਾਰੇ ਗਿਣਦੇ ਫਿਰਦੇ ਸੀ ਅਸੀਂ ਥੁੱਕ ਲਾ ਲਾ ਕੇ ਯਕੀਨ ਕਰ ਗਿਣੇ ਪੈਸੇ ਔਰ ਤੂੰ ਵੀ ਕਹਿੰਦਾ ਸੀ ਦੇਖ ਲਓ ਭਾਅ ਜੀ 2 ਤਾਂ ਨਹੀਂ ਪੈਸੇ ਜ਼ਿਆਦਾ ਤਾਂ ਨਹੀਂ ਆ ਗਏ ਤੁਹਾਨੂੰ ਅਸੀਂ ਤਾਂ ਜਦੋਂ ਸ਼ਰੀਫ ਆਦਮੀ ਸਮਝਿਆ ਕਿ ਚਲੋ ਯਾਰ ਬੱਚਿਆਂ ਦੀ ਰੋਟੀ ਕਮਾਊਗਾ ਮੋਟਰਸਾਈਕਲ 'ਤੇ ਜਾਊਗਾ ਟਾਈਮ ਨਾਲ ਕਿਸ਼ਤ ਦੇਗਾ ਉਹ ਤੂੰ 100 rupees ਵੀ ਰੋਜ਼ ਰੱਖੇ ਤਾਂ ਕਿਸ਼ਤ ਲੱਥਦੀ ਆ ਉਹ ਭਾਈ ਮੈਂ ਰੱਖਾਂ ਕਿੱਥੇ ਕੁਛ ਆਵੇ ਕਿਤੇ ਤਾਂ ਮੈਂ ਰੱਖਾਂ ਦਿਹਾੜੀ 'ਤੇ ਲੱਗਣ ਨਹੀਂ ਰਹੀ ਅਤੇ ਹੁਣ ਤੇਰੇ ਮੈਂ ਜਿਹੜੀਆਂ ਰੱਖਣੀਆਂ ਉਹ ਅੱਗੇ ਤੈਨੂੰ ਜ਼ੈਨ ਨੇ ਫੋਨ ਕਰਦਾ ਸੀਗਾ ਫੋਨ ਚੁੱਕ ਕੇ ਅਤੇ ਅੱਗੋਂ ਔਰਤਾਂ ਵਾਲੀ ਆਵਾਜ਼ ਕੱਢਦਾ ਸੀ ਉਹ ਜ਼ੈਨ ਵੀ ਤੈਨੂੰ ਬੈਲੈਂਸ ਕਰਾਉਂਦਾ ਰਿਹਾ ਉਹਨੇ ਕਿਹਾ ਖਰੇ ਕੋਈ ਕੁੜੀ ਆ ਇਹ ਕੀ ਕੰਮ ਤੂੰ ਫੜਿਆ ਮੇਰਾ ਕਸੂਰ ਆ ਉਹਦਾ ਕਸੂਰ ਆ ਤੇਰਾ ਕੋਈ ਕਸੂਰ ਨਹੀਂ ਤੂੰ ਕੱਲ੍ਹ ਹੀ ਆਵਾਜ਼ ਬਦਲ ਬਦਲ ਕੇ ਉਹਨਾਂ ਗੱਲਾਂ ਕਰਦਾ ਭਾਈ ਅੱਜ ਪੈਸੇ ਦੇ ਕੇ ਜਾਣਾ ਨਹੀਂ ਤਾਂ ਇਹਦੇ ਅੱਜ ਕੱਪੜਾ ਫੜਾਓ ਅਤੇ ਸਾਰਾ ਇਹਦੇ ਕੋਲੋਂ ਸ਼ਾਹ ਜੀ ਕੰਮ ਕਰਾਓ ਇੱਥੇ 8 ਮਹੀਨੇ ਤੂੰ ਕੰਮ ਕਰਨਾ ਹੀ ਹੁਣ ਦੁਕਾਨ 'ਤੇ ਲੈ ਬੰਨੋ ਯਾਰ ਕਿ ਮੈਂ ਤੁਹਾਡਾ ਮੁਲਜ਼ਮ ਆ ਤੁਸੀਂ ਮੈਂ ਬੰਨਣਾ ਮੈਨੂੰ ਉਹ ਮੁਲਜ਼ਮ ਹੀ ਆ ਤੂੰ 8 ਕਿਸ਼ਤਾਂ ਦੇਣੀਆਂ ਸਾਡੀਆਂ ਅੱਜ ਤਾਂ ਤੂੰ ਸਾਡੇ ਕਾਬੂ ਆਇਆ ਉਦੋਂ ਤੂੰ ਕਹਿੰਦਾ ਜੀ ਭਾਅ ਜੀ ਮੈਂ ਗਰੀਬ ਆਦਮੀ ਹਾਂ ਮੇਰੀ ਰੋਜ਼ੀ ਰੋਟੀ ਮੋਟਰਸਾਈਕਲ ਨਾਲ ਹੀ ਚੱਲਣੀ ਆ ਅਸੀਂ ਕਿਹਾ ਚੱਲ ਲੈ ਜਾ ਯਾਰ ਤੂੰ ਜੇ ਜੀ 29 ਤਰੀਕ ਨੂੰ ਮੈਂ ਕਿਸ਼ਤ ਦਿਆਂਗਾ ਲੈ 29 ਅੱਗੇ ਕਿਹੜੀ 29 ਆਉਣੀ ਨਹੀਂ ਉਹ ਸ਼ੁਰੂ ਕਰ ਲੈਂਦੇ ਹਾਂ ਅਗਲੀ 29 ਤੋਂ ਹੈਂ ਉਦੋਂ ਤੂੰ ਕਹਿੰਦਾ ਜੀ ਮੇਰਾ ਮੋਟਰਸਾਈਕਲ 'ਤੇ ਕਾਰੋਬਾਰ ਆ ਤੂੰ ਮੋਟਰਸਾਈਕਲ 'ਤੇ ਚੂਚੇ ਵੇਚਦਾ ਜਾਂ ਪਿੰਡਾਂ 'ਚੋਂ ਦੇਸੀ ਆਂਡੇ ਇਕੱਠੇ ਕਰਦਾ ਤੇਰਾ ਮੋਟਰਸਾਈਕਲ ਤੋਂ ਬਗੈਰ ਸਰਦਾ ਨਹੀਂ ਸੀ ਨਾ ਲੈਂਦਾ ਤੂੰ ਪੈਸੇ ਦੀ ਚੀਜ਼ ਆ 65,000 ਦੀ ਚੀਜ਼ ਤੇਰੇ ਹੱਥ 'ਚ ਅਸੀਂ ਫੜਾਤੀ ਨਹੀਂ ਉਹ ਇਤਮਾਦ ਨਾਲ ਹੀ ਫੜਾਈ ਹੈ ਨਾ ਐਵੇਂ ਥੋੜ੍ਹਾ ਫੜਾਤੀ ਉਹ ਇਤਮਾਦ ਕੀਤਾ ਤਾਂ ਤੂੰ ਵੀ ਤਾਂ ਇਤਮਾਦ ਸਾਡੇ ਨਾਲ ਇਤਮਾਦ ਨਾਲ ਆ ਪੇਸ਼ 8 ਮਹੀਨੇ ਬਾਅਦ ਤੂੰ ਸ਼ਕਲ ਵਹਾਈ ਹੈ ਚਲੋ ਤੁਸੀਂ ਤੂੰ ਤਾਂ ਮੂੰਹ 'ਤੇ ਪਾਣੀ ਨਹੀਂ ਪੈਣ ਦਿੰਦਾ ਖਾਤਾ 'ਤੇ ਕੱਢੋ ਨਾ ਮੇਰਾ ਕੀ ਹਿਸਾਬ ਖਾਤਾ ਤੇਰੀ 1 ਕਿਸ਼ਤ ਆਈ ਆ ਇੱਧਰ ਆ ਜਾ ਖਾਤਾ 'ਤੇ ਤੂੰ ਆਇਆ ਜਿਵੇਂ 12 ਦੇ ਬੈਠਾ ਇੱਧਰ ਆ ਤੈਨੂੰ ਖਾਤਾ ਵਹਾਵਾਂ ਤੇਰਾ ਤਾਂ ਖੂਹ ਖਾਤਾ ਕਾਰਡ ਕਿੱਥੇ ਜਿਹੜਾ ਤੈਨੂੰ ਦਿੱਤਾ ਸੀ ਅਸੀਂ ਬਣਾ ਕੇ ਕਿਹੜਾ ਕਾਰਡ ਉਹ ਕਿਸ਼ਤਾਂ ਵਾਲਾ ਭਾਈ ਉਹਦੇ ਕਿਰਾਏ ਦਾ ਮਕਾਨ ਆ 20 ਵਾਰੀ ਸਮਾਨ ਸਮੂਨ ਬਦਲਿਆ ਪਤਾ ਨਹੀਂ ਕਿੱਥੇ ਕਾਰਡ ਕੂਡ ਚਲੇ ਗਏ ਇਹੀ ਤਾਂ ਤੁਹਾਡਾ ਹੈ ਵਾ ਫਰਾਡੀਏ ਬੰਦੇ ਦਾ ਸਿਰ ਪੈਰ ਹੀ ਕੋਈ ਨਹੀਂ ਹੁੰਦਾ ਭਾਈ ਭਾਈ ਇਹਦੇ 'ਚ ਯਕੀਨ ਕਰੋ ਇਹ 'ਚ ਮੇਰਾ ਕਸੂਰ ਕੋਈ ਨਹੀਂ ਗਾ ਇੱਕ ਤਾਂ ਕੰਮ ਦੇ ਮੰਡੇ ਥੰਡੇ ਸੀ ਅਤੇ ਉੱਤੋਂ ਨਾ ਭੈਣ ਦਾ ਸਹੁਰਾ ਫੌਤ ਹੋ ਗਿਆ ਤੁਹਾਨੂੰ ਪਤਾ ਵੀ ਗੈਰਤਮੰਦ ਭਰਾ ਜਿਹੜੇ ਆ ਫਿਰ ਰੋਟੀ ਵੀ ਦੇਣੀ ਹੁੰਦੀ ਆ ਉਹ ਮੈਂ ਦਿੱਤੀ ਭਾਅ ਜੀ ਰੋਟੀ ਸਾਰੀ ਕੀ ਰੋਟੀ ਦਿੱਤੀ ਤੂੰ ਮੈਂ 2 ਦੇਗਾਂ ਗੋਸ਼ਤ ਦੀਆਂ ਹਾਂ 1 custard ਦੀ ਅੱਛਾ ਅਤੇ 1 ਕੀਮੇ ਦੀ 400 naan ਭਾਅ ਜੀ ਮੈਂ ਰੋਟੀ ਦਿੱਤੀ ਸਾਰੀ
ਨਹੀਂ ਤੇ ਤੂੰ ਕੀ ਦੇਗਾ ਦੇਈ ਜਾਣਾ ਤੇ ਕਿਸ਼ਤ ਨਹੀਂ ਦੇ ਰਿਹਾ ਹੈ ਭਾਈ ਉੱਥੇ ਫਿਰ ਤੁਹਾਨੂੰ ਪਤਾ ਵਾ ਵੀ ਨੱਕ ਮੂੰਹ ਝੁਲਦਾ ਬੰਦਾ ਅਗਲੇ ਦੇ ਇੱਜ਼ਤ ਦਾ ਮਸਲਾ ਸੀ ਤੇ ਹੁਣ ਵੀ ਇੱਜ਼ਤ ਦਾ ਮਸਲਾ ਵਾ ਨਾ ਕਾਰ ਫੂਡ ਆਪਣੀ ਭੈਣ ਨੂੰ ਹੀ ਕਰ ਲਾ ਜਾਂ ਚਲੋ ਉਹ ਦਿੰਦੇ ਤੈਨੂੰ ਛਡਾਉਂਦੇ ਇੱਥੋਂ ਪੈਸੇ ਦੇ ਕੇ ਬੱਚੇ ਕਿੰਨੇ ਤੇਰੇ ਭਾਅ ਜੀ ਸੱਤ ਆ ਜੀ ਹੱਲ ਤੇ ਕਿਸ਼ਤ ਇੱਕ ਆ ਤੇਰੀ ਹੁਣ ਜਿਹਨੂੰ ਤੂੰ ਰੋਟੀ ਦਿੱਤੀ ਹੈ ਹਾਂਜੀ ਉਹਨਾਂ ਨੂੰ ਕਹਿਣਾ ਹੁਣ ਕਿਸ਼ਤ ਦੇਣ ਤੈਨੂੰ ਛਡਾਉਣ ਇੱਥੋਂ ਨਹੀਂ ਭਾਅ ਜੀ ਉੱਧਰ ਹੁਣ ਫੌਤਗੀ ਹੋਈ ਆ ਮੈਂ ਕਿਸ਼ਤ ਮੰਗਦਾ ਚੰਗਾ ਲੱਗਦਾ ਨਹੀਂ ਤੇ ਉੱਥੇ ਫੌਤਗੀ ਤੇ ਤੂੰ ਮੋਟਰਸਾਈਕਲ ਝੂਟਦਾ ਚੰਗਾ ਲੱਗਦਾ ਸਮਝਦਾਰ ਆਦਮੀ ਹੋ ਸਾਡੇ ਵੱਲ ਮਰਗ ਹੋਈ ਆ ਤੇ ਤੁਸੀਂ ਸਾਡੇ ਕੋਲ ਕਿਸ਼ਤ ਮੰਗਣ ਡਏ ਨਹੀਂ ਮਰਗ ਵਾਲੇ ਘਰ ਦੁਆ ਮੰਗ ਲਈ ਆ ਨਾ ਤੇ ਕਿਸ਼ਤ ਵੀ ਮੰਗ ਲਈ ਆ ਭਾਈ ਯਕੀਨ ਕਰੋ ਇਹ ਮੋਟਰਸਾਈਕਲ ਨਾ ਹੁੰਦੀ ਮੇਰੇ ਕੋਲ ਫੌਤਗੀ ਅਟੈਂਡ ਹੀ ਨਹੀਂ ਸੀ ਹੁਣ ਕੀ ਗੱਲ ਜੀ ਲਾਸ਼ ਇਹਦੇ 'ਤੇ ਲੈ ਕੇ ਗਿਆ ਕਬਰਸਤਾਨ 'ਤੇ ਨਹੀਂ ਭਾਈ ਉਹ ਨਿਆਣਿਆਂ ਨੂੰ ਸਾਰਿਆਂ ਨੂੰ ਬਿਠਾ ਕੇ ਮੈਂ ਚਲਾ ਗਿਆ ਉੱਧਰ ਫੌਤਗੀ ਵਾਲੇ ਘਰ ਅੱਛਾ ਅਤੇ ਉੱਥੇ ਜਾ ਕੇ ਨਿਆਣਿਆਂ ਨੂੰ ਨਿਆਣੇ ਰੋਣ ਪਿੱਟਣ ਲੱਗ ਗਏ ਉਹਨਾਂ ਨੂੰ ਮੇਰੀ ਘਰ ਵਾਲੀ ਨੂੰ ਰੋਣਾ ਹੀ ਆ ਉੱਥੇ ਫੌਤਗੀ ਹੋਈ ਉੱਥੇ ਕਿਹੜਾ ਕੋਈ ਮੇਲਾ ਲੱਗਾ ਵੀ ਜਾ ਕੇ ਧਮਾਲ ਪਾਉਣੀ ਸੀ ਅਤੇ ਨਿਆਣੇ ਲਾ ਕੇ ਮੈਂ ਮੁੜ ਕੇ ਉਹ ਕਹਿੰਦੇ ਵੀ ਯਾਰ ਉਹ ਕਬਰ ਵਾਲੇ ਮਗਰ ਤੇ ਜਾਓ ਕੋਈ ਕੀ ਹਿਸਾਬ ਆ ਮੈਂ ਕਿੱਕ ਦਿੱਤੀ ਆ ਤੇ ਮੋਟਰਸਾਈਕਲ ਕਬਰਸਤਾਨ ਗਿਆ ਵਾ ਅੱਛਾ ਉਹਦਾ ਦੋ ਕਹਿੰਦੇ ਜੀ ਦਾਨਾ ਤਿਆਰ ਆ ਬਸ ਨਾ ਫਿਨਿਸ਼ਿੰਗ ਫੁਨਿਸ਼ਿੰਗ ਰਹਿੰਦੀ ਆ ਕਬਰ ਦੀ ਅਜੇ ਹਾਂਜੀ ਅੰਦਰ ਪੇਂਟ ਹੋ ਰਿਹਾ ਸੀ ਜਾਂ ਲੱਕੜੀ ਦਾ ਕੰਮ ਕਬਰ 'ਚ ਕਰਾਇਆ ਤੁਸੀਂ ਕਾਹਦੀ ਫਿਨਿਸ਼ਿੰਗ ਹੋ ਰਹੀ ਨਹੀਂ ਉਹ ਭਾਈ ਉਹ ਗਧਾਲੇ ਦੇ ਨਾਲ ਜਰਾ ਕਰਦੇ ਆ ਨਾ ਸੈਟਿੰਗ ਜਿਹੜੀ ਆ ਕਿੰਨੀ ਵਾਰੀ ਗਿਆ ਤੂੰ ਕਬਰਸਤਾਨ ਇਹਦੇ 'ਤੇ ਮੈਂ 3 ਵਾਰੀ ਭਾਈ ਗਿਆ ਹੁਣ ਇਹ ਕਬਰਸਤਾਨ ਵਾਲੀ ਮੋਟਰਸਾਈਕਲ ਅਸੀਂ ਇੱਥੇ ਰੱਖ ਕੇ ਮੁਸੀਬਤ ਹੀ ਗੱਲ 'ਚ ਪਾਉਣੀ ਨਾ ਆਪਣੇ ਨਹੀਂ ਉਹ ਫਿਰ ਉਹ ਉਹਨਾਂ ਨੇ ਕਿਹਾ ਵੀ ਯਾਰ ਸਾ ਜਿਹੜੇ ਕਬਰ ਭਾਈ ਕੱਢਦੇ ਆ ਬੰਦੇ ਆਹੋ ਉਹ ਕਹਿੰਦੇ ਵੀ ਸਾਨੂੰ ਭੁੱਖ ਲੱਗੀ ਆ ਮੈਂ ਫਿਰ ਉਹਨਾਂ ਲਈ ਰੋਟੀ ਲੈ ਕੇ ਗਿਆ ਰੋਟੀ ਤਾਂ ਬਣਦੀ ਆ ਕਿ ਨਹੀਂ ਸਾਡੀ ਜਿਹੜੇ ਬੰਦੇ ਕਬਰਾਂ ਕੱਢਦੇ ਆ ਉਹਨਾਂ ਨੂੰ ਰੋਟੀ ਖਵਾਉਣੀ ਚਾਹੀਦੀ ਤੁਸੀਂ ਦੱਸੋ ਇਮਾਨਦਾਰੀ ਨਾਲ ਤੂੰ ਖਵਾਈ ਉਹਨਾਂ ਨੂੰ ਹਾਂਜੀ ਤੇਰੇ ਵਰਗਾ ਉਹਨਾਂ ਨਾਲ ਬਹਿ ਕੇ ਵੀ ਖਾਂਦਾ ਹੁੰਦਾ ਉਹਨਾਂ ਨੂੰ ਰੋਟੀ ਖਵਾਈ ਫਿਰ ਉਹ ਕਹਿੰਦੇ ਰੋਟੀ ਇੱਧਰੋਂ ਅਜੇ ਬੁਰਕੀ ਨਹੀਂ ਥੱਲੇ ਹੋਈ ਕਹਿੰਦੇ ਭਾਈ ਚਾਹ ਦਾ ਗੋਗਾ ਜੀ ਚਾਹ ਤਾਂ ਪੀਣੀ ਚਾਹੀਦੀ ਹੈ ਨਾ ਕਵਰ ਕੱਢਦਿਆਂ ਥੱਕ ਜਾਂਦਾ ਬੰਦਾ ਉਹ ਯਾਰ ਕੋਈ ਰੋਟੀ ਖਾ ਰਿਹਾ ਕੋਈ ਚਾਹ ਪੀ ਰਿਹਾ ਕੋਈ ਉੱਥੇ ਪਲਾਜ਼ਾ ਬਣ ਰਿਹਾ ਸੀਗਾ ਸਹੁਰੇ ਦਾ ਚਾਹ ਕਾਹਦੀ ਪੀਣ ਦਾ ਭਾਈ ਤੁਹਾਨੂੰ ਪਤਾ 6-7 ਬੰਦੇ ਲੱਗੇ ਹੁੰਦੇ ਆ ਕਵਰ 'ਚ ਇੰਨੀ ਦੇਰ ਲੱਗ ਜਾਂਦੀ ਆ ਉਹ ਕਵਰ ਤਿਆਰ ਕਰਾਈ ਆ ਮੁੜ ਕੇ ਉਹ ਕਹਿੰਦੇ ਯਾਰ ਐਲਾਨ ਕਿੰਨੇ ਕਰਾਉਣਾ ਵਾ ਮੈਂ ਉਹ ਮੋਟਰਸਾਈਕਲ 'ਤੇ ਇਸੇ 'ਤੇ ਲੱਤ ਦਿੱਤੀ ਆ ਅਤੇ ਮੈਂ ਮਸੀਤੇ ਗਿਆ ਮੈਂ ਕਿਹਾ ਜੀ ਐਲਾਨ ਕਰ ਦਿਉ 9 ਵਜੇ ਉਹਨਾਂ ਨੇ ਐਲਾਨ ਕਰਤਾ ਮੁੜ ਕੇ ਤੇ ਮੁਸੀਬਤੇ ਐਲਾਨ ਭਾਅ ਜੀ ਕਰਾਇਆ ਭਾਅ ਜੀ ਮੁਸੀਬਤਾਂ ਮੈਂ ਤੁਹਾਡੀ ਕਿਸ਼ਤ ਜਿਹੜੀ ਆ ਇੱਕ ਵੀ ਮੈਂ ਕਦੀ ਵੀ ਮਮੇਸ ਨਾ ਕਰਦਾ ਤੁਸੀਂ ਤੂੰ ਇੱਕ ਹੀ ਤਾਂ ਦਿੱਤੀ ਅੱਗੋਂ ਤਾਂ ਮੇਸੀ ਕੀਤੀਆਂ ਮੈਂ ਉਹ ਐਲਾਨ ਕਰਵਾਇਆ ਵਾ ਤੇ ਉਹ ਕਹਿੰਦੇ ਵੀ ਯਾਰ ਫੋਨ ਆ ਗਿਆ ਕਹਿੰਦੇ ਮਾਮਾ ਆ ਗਿਆ ਅੱਡੇ 'ਤੇ ਉਹਨੂੰ ਲਈ ਆ ਮੋਟਰਸਾਈਕਲ ਲੈ ਕੇ ਤੂੰ ਅੱਡੇ 'ਤੇ ਹਾਂ ਮੈਂ ਮੋਟਰਸਾਈਕਲ ਅੱਡੇ 'ਤੇ ਗਿਆ ਮੈਂ ਮਾਮਾ ਉੱਥੇ ਹੀ ਰੋਈ ਜਾਵੇ ਅੱਡੇ 'ਚ ਮੈਂ ਕਿਹਾ ਹੌਂਸਲਾ ਕਰ ਉੱਥੇ ਮਾਮੇ ਦਾ ਦਿਲ ਘਬਰਾ ਗਿਆ ਉਹ ਦਿਲ ਫੜ ਕੇ ਉੱਥੇ ਬਹਿ ਗਿਆ ਮੈਂ ਕਿਹਾ ਜੇ ਤਾਂ ਪਹਿਲੀ ਫੌਤਗੀ ਦਫਨਾਉਣ ਵਾਲੀ ਆ ਮਾਮਾ ਹੋਸ਼ ਕਰ ਕੋਈ ਥੋੜ੍ਹਾ ਜਿਹਾ ਉਹਨੂੰ ਮੈਂ ਉੱਥੋਂ ਕੋਲਡ ਡਰਿੰਕ ਲੈ ਕੇ ਦਿੱਤੀ ਨਾਲੇ ਉਹਨੂੰ ਮੈਂ ਇੱਕ ਹਲਕਾ ਜਿਹਾ ਪੀਜ਼ਾ ਜਿਹਾ ਖਵਾਇਆ ਮੈਂ ਕਿਹਾ ਮਾਮਾ ਹੌਂਸਲਾ ਕਰ ਇਹ ਛਾਵਾਂ ਖਾ ਤੇ ਅਫਸੋਸ ਤਾਂ ਫਿਰ ਹੁੰਦਾ ਹੀ ਆ ਸਾਰਿਆਂ ਨੂੰ ਮਾਮੇ ਨੂੰ ਲੱਦ ਕੇ ਮੈਂ ਲਿਆਉਣ ਡਿਆ ਸੀ ਭਾਅ ਜੀ ਮੈਂ ਕੀ ਤੁਹਾਨੂੰ ਮਾਨ ਨਾਲ ਪਰੇਸ਼ਾਨੀ ਦੀ ਗੱਲ ਦੱਸਾਂ ਕੀ ਇੱਕਦਮ ਤੇਲ ਮੁੱਕ ਗਿਆ ਗੱਡੀ 'ਤੇ ਅੱਛਾ ਮੈਂ ਕਿਹਾ ਪਤਾ ਨਹੀਂ ਕਹਿਣ ਲੱਗਾ ਇੱਕਦਮ ਮਾਮਾ ਵੀ ਗਿਆ ਉਹ ਮੈਂ ਹੁਣ ਦੇਖਾ ਉਹ ਅਸੀਂ ਥੋੜ੍ਹੇ ਜਿਹੇ ਘੜੀਸ ਕੇ ਨਾ ਗੱਡੀ ਨੂੰ ਪਹਿਲੇ ਗੇਅਰ 'ਤੇ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਚੱਲੇ ਹੀ ਨਾ ਯਾਰ ਤੈਨੂੰ ਤਾਂ ਮੈਂ ਪਹਿਲੇ ਸਮਝਾਇਆ ਸੀ ਵੀ ਇਹ ਫੌਤਗੀ ਵਾਲੇ ਘਰ ਗੱਡੀ ਤੂੰ ਲੈ ਕੇ ਨਹੀਂ ਜਾਣੀ ਤੂੰ ਕੱਲ੍ਹ ਹੀ ਫਿਰਦਾ ਰਿਹਾ ਉੱਥੇ ਨਹੀਂ ਇਹ ਗੱਡੀ ਛਿਲੇ 'ਚ ਆ ਯਾਨੀ ਕਿ ਭਾਈ ਫੌਤਗੀ ਵਾਲੇ ਘਰ ਜਾ ਹੀ ਸਕਦੀ ਤੇਰੀ ਸਾਰੀ ਅਸੀਂ ਸਟੋਰੀ ਸੁਣ ਲਈ ਆ ਤੂੰ ਉੱਠ ਮੇਰਾ ਭਰਾ ਨਾ ਇਹਨੂੰ ਕੱਪੜਾ ਫੜਾਓ ਸ਼ਾਹ ਜੀ ਇਹ ਸਾਰੀ ਦੁਕਾਨ ਦੀਆਂ ਸਫਾਈਆਂ ਕਰ ਤੇ ਜਦੋਂ ਕੋ ਤੇਰਾ ਪਿੱਛੋਂ ਆਏਗਾ ਨਾ ਮੇਰੀ ਗੱਲ ਸੁਣੋ ਕਿ ਇਦਾਂ ਕਿਸੇ ਇੱਜ਼ਤਦਾਰ ਬੰਦੇ ਨੂੰ ਇਦਾਂ ਦੇ ਇੱਜ਼ਤਦਾਰ ਕਿਹੜੀ ਫੜ ਕਰ ਕਪੜਾ ਫੜ ਭਾਜੀ ਭਾਜੀ ਕਿਸ਼ਤ ਤੁਹਾਡੀ ਪਹੁੰਚ ਜਾਏਗੀ ਉਹ ਕਿਸ਼ਤ ਨਹੀਂ ਕਿਸ਼ਤਾਂ 8 ਕਿਸ਼ਤਾਂ ਨੇ 8 ਉੱਥੇ ਜਾ ਚੱਲ ਸਫਾਈ ਕਰ ਦੁਕਾਨ 'ਚ ਭਾਜੀ ਮੇਰੇ ਨਾ ਰਿਸ਼ਤੇਦਾਰੀ ਆ ਪਿੱਛੇ ਮੈਂ ਇਕੱਲਾ ਨਹੀਂ ਤੇ ਕਰ ਫੋਨ ਉਹਨਾਂ ਨੂੰ ਫੋਨ ਕਰ ਰਿਸ਼ਤੇਦਾਰਾਂ ਨੂੰ ਆਉਣ ਇੱਥੇ ਮੇਰੇ ਕੋਲ ਬੈਲੈਂਸ ਹੈ ਨਹੀਂ ਆਪਣੇ ਤੋਂ ਕਰ ਦਿਓ ਵੀਜ਼ਾ ਫੋਨ ਵੀ ਅਸੀਂ ਕਰੀਏ ਭਾਅ ਜੀ ਮੇਰੇ ਕੋਲ ਬੈਲੈਂਸ ਹੁੰਦਾ ਤੁਹਾਡੀ ਮੈਂ ਕਿਸ਼ਤ ਨਾ ਦੇ ਦਿੰਦਾ ਉਹ ਤਾਂ ਪਹਿਲੇ ਮਰਨਾ ਸੀ ਦੱਸਣਾ ਸੀ ਕਿ ਮੈਂ ਨਹੀਂ ਦੇ ਸਕਦਾ ਕਿਉਂ ਲਈ ਫਿਰ ਮੋਟਰਸਾਈਕਲ ਤੂੰ ਭਾਅ ਜੀ ਜ਼ਰੂਰੀ ਆ 100 ਨਿਆਣਿਆਂ ਨੂੰ ਸਕੂਲੇ ਕਿੰਨੇ ਛੱਡਣਾ ਸੀ ਘਰ ਤੇ ਛੱਡਣਾ ਉਹ ਤੂੰ ਉਬਰ ਕਰੀਮ ਤੇ ਵੀ ਮੋਟਰਸਾਈਕਲ ਚਲਾਵੇਂ ਨਾ ਸ਼ਾਮ ਨੂੰ ਕਿਸ਼ਤ ਨਿਕਲਦੀ ਆ ਤੇ ਮੈਂ ਨੀਅਤ ਹੋਵੇ ਵੀ ਦੇਣੀ ਆ ਹੁਣ ਮੈਂ ਤੁਹਾਡੀ ਨੀਅਤ ਹੀ ਨਹੀਂ ਹੈਗੀ ਭਾਅ ਜੀ ਹੁਣ ਚਲਾ ਲਾਂਗਾ ਭਾਈ ਤਾਂ ਪਹਿਲੇ 20 ਬੰਦਿਆਂ ਨੇ ਸ਼ਾਹ ਜੀ ਇੱਥੇ ਕਿਹਾ ਵੀ ਗੋਗੇ ਨੂੰ ਨਾ ਦੇਣਾ ਮੋਟਰਸਾਈਕਲ ਇਹ ਫਰਾਡੀਆ ਬੰਦਾ ਵਾ ਚੱਲ ਉੱਠ ਚੱਲ ਮੇਰਾ ਭਰਾ ਉੱਠ ਕਰ ਉੱਠ ਕੇ ਚਲੋ ਡੈਡੀ ਇਹਨੂੰ ਲੈ ਜਾ
ਉਹ ਜ਼ੈਨ ਕਿੱਧਰ ਗਿਆ? ਮੈਂ ਹੁਣੇ ਹਸੀਬ ਤੇ ਜ਼ੈਨ ਕਿੱਥੇ? ਉਹਨੂੰ ਕਹਿ ਇਹਨੂੰ ਫਿਰ ਚਪੇੜਾਂ ਨਾਲ ਸਮਝਾਓ, ਤੈਨੂੰ ਅਜੇ ਪਿਆਰ ਨਾਲ ਸਮਝਾਉਂਦੇ ਅਸੀਂ ਭਾਜੀ। ਤੂੰ ਅਗੋ ਫੌਤਗੀ ਵਾਲੀ ਕਹਾਣੀ ਪਾਲੀ ਆ, ਏਡਾ ਤੂੰ ਖਲੀਲੋ ਰਹਿਮਾਨ ਕਮਰ ਤੂੰ ਸਾਨੂੰ ਸਟੋਰੀ ਸੁਣਾ ਰਿਹਾ। ਉੱਥੇ ਫੌਤਗੀ ਵਾਲੇ ਘਰੇ ਨਹੀਂ ਹੈ ਜੀ, ਜਿਵੇਂ ਕੁੜੀ ਦਾ ਦਹੇਜ ਦਿੱਤਾ ਵੀ ਸਾਨੂੰ ਸਾਰਾ ਕੁਛ, ਤਾਂ ਮੈਂ ਆਹ ਭੇਜਿਆ ਆਹ ਭੇਜਿਆ, ਕਿਸ਼ਤ ਭੇਜੀ ਨਹੀਂ। ਚੱਲ ਉੱਠ ਇਹ ਮੋਟਰਸਾਈਕਲਾਂ 'ਤੇ ਕੱਪੜਾ ਮਾਰ ਭਾਜੀ। ਉਹ ਇੱਥੇ ਦਾ SHO ਜਿਹੜਾ ਵਾ ਨਾ, ਸਾਡਾ ਵਾਕਫ ਆ, ਇਨਸ਼ਾਅੱਲਾ ਪੰਜ ਆਏ ਦੇ। ਉੱਠ ਯਾਰ ਉੱਠ, SHO ਤੱਕ ਤਾਂ ਗੱਲ ਬਾਅਦ 'ਚ ਜਾਣੀ, ਪਹਿਲੇ ਸਾਸੀ ਪੈਸੇ ਲੈ। ਭਾਜੀ ਇੱਦਾਂ ਨਹੀਂ, ਮੈਂ ਇੱਕ ਮਿੰਟ, ਮੈਂ ਨਾ ਲਿਖ ਪੜ੍ਹ ਧੋਈ ਭਾਈ, ਇੱਥੇ ਕੋਈ ਤੈਨੂੰ ਅਸੀਂ ਨਜਾਇਜ਼ ਫੜਿਆ, ਤੈਨੂੰ ਚੀਜ਼ ਦਿੱਤੀ ਆ। ਕਿੰਨੇ ਦੀ ਮੋਟਰਸਾਈਕਲ ਅੱਜ ਹੋ ਗਈ ਇਹ ਤਾਂ ਵੇਖ, ਜਦੋਂ ਤੈਨੂੰ ਦਿੱਤੀ ਉਦੋਂ ਕਿੰਨੇ ਦੀ ਸੀ? ਚਲੋ ਮੈਂ ਮੋਟਰਸਾਈਕਲ ਵੇਚ ਕੇ ਤੁਹਾਨੂੰ ਦੇ ਦਿੰਦਾ ਵਾਂ ਪੈਸੇ। ਲੈ ਮੋਟਰਸਾਈਕਲ ਸਾਡੀ ਆ ਅਤੇ ਵੇਚ ਕੇ ਪੈਸੇ ਦੇ ਦਿੰਦਾ, ਵਾਹ ਵਾਹ ਵਾਹ। ਚੱਲ ਉੱਠ ਮੇਰਾ ਭਰਾ। ਨਹੀਂ ਭਾਜੀ, ਮੇਰਾ ਜ਼ਮੀਰ ਨਹੀਂ ਗਵਾਰਾ ਕਰਦਾ ਕਿ ਮੈਂ ਹੁਣ ਤੁਹਾਡੇ ਟਾਕੀਆਂ ਮਾਰਾਂ ਇੱਥੇ। ਆਹੋ ਮੈਨੂੰ ਪਤਾ, ਜੇ ਤੂੰ ਤਾਜ ਮਹਿਲ 'ਚ ਰਹਿੰਦਾ ਨਾ ਐਡਾ, ਹੈ ਜਹਾਂਗੀਰ ਮੁਗਲ ਸਾਹਿਬ, ਇੱਧਰ ਆਓ, ਇੱਥੇ ਇੱਥੇ ਮਾਰ ਟਾਕੀ, ਮਾਰ ਇੱਥੇ ਕੱਪੜਾ, ਕੱਪੜਾ ਮਾਰ ਇਹਨੂੰ, ਉਹ ਕੱਪੜਾ ਮਾਰ। ਹੱਡ ਰਾਮ ਨਾ, ਕੰਮ ਤਾਂ ਵੜਿਆ ਹੀ ਨਹੀਂ ਜ਼ੇਹਨ 'ਚ ਵੀ ਕੰਮ ਵੀ ਹੁੰਦਾ। ਭਾਜੀ ਕਿਸ਼ਤਾਂ ਹੀ ਦੇਣੀਆਂ ਨਾ ਤੁਹਾਡੀਆਂ, ਫਰਾਡੀ ਬੰਦੇ ਦੇ ਜ਼ੇਹਨ 'ਚ ਇਹੀ ਹੁੰਦਾ ਵੀ ਉੱਥੋਂ ਉਹ ਚੀਜ਼ ਲੈ ਲਈ। ਇੱਥੋਂ ਲੋਕ ਨਵੀਂ ਚੀਜ਼ ਲੈਂਦੇ ਕਿਸ਼ਤਾਂ 'ਤੇ, ਆ ਦੂਜੇ ਦਿਨ ਘਰ ਜਾ ਕੇ ਨਗਦਾਂ 'ਚ ਵੇਚ ਦਿੰਦੇ ਅਸੀਂ ਮਗਰ ਮਗਰ। ਅਤੇ ਵੇਚੀ ਤਾਂ ਨਹੀਂ ਨਾ ਮੈਂ ਗੱਡੀ ਤੁਹਾਡੀ ਕੋਲ, ਵੇਚਣ ਵਾਲੀ ਹੈ ਹੀ ਨਹੀਂ ਜੋ ਉਹਦੇ ਹਾਲਾਤ। ਤੂੰ ਇੱਥੇ ਮਾਰ ਕੱਪੜਾ ਮੇਰਾ ਭਰਾ, ਚੱਲ ਭਾਈ। ਉਹ ਦਿਲ ਗਿਆ, ਘਬਰਾਉਣ ਡਿਆ ਵਾ, ਕੋਈ ਜੂਸ ਮਾੜਾ ਜਿਹਾ ਪਿਆ? ਜੂਸ ਪਿਆਵਾਂਗੇ ਮਾਰ ਤੋਂ ਬਾਅਦ।